ਸ਼ੁਕਰ ਦੋਸਤੋ, ਵੈਲਕਮ ਬੈਕ ਇੱਕ ਹੋਰ ਵਧੀਆ ਜੋਬ ਵਲੌਗ ਤੁਹਾਡਾ ਆਪਣਾ ਚੈਨਲ ਮਿਸਟਰ ਐਂਡ ਮਿਸਿਸ ਰੀਅਲ। ਅੱਜ ਮੈਂ ਬੈਂਕ 'ਚ ਗਈ ਸੀ, ਅੱਜ ਹੈਗਾ 1 April, ਬੈਂਕ ਦਾ ਨਿਊ ਫਾਈਨੈਂਸ਼ੀਅਲ ਈਅਰ ਸਟਾਰਟ ਹੈ ਅਤੇ ਮੈਂ ਤਾਂ ਅੱਧੇ ਘੰਟੇ 'ਚ ਹੀ ਵਾਪਿਸ ਆ ਗਈ, ਕਿਉਂਕਿ ਬੈਂਕ 'ਚ 2-4 ਐਕਟੀਵਿਟੀ ਸੀ, ਬਸ ਉਹ ਕੀਤੀਆਂ ਅਤੇ ਜਾਓ ਆਪਣੇ ਆਪਣੇ ਘਰ। ਅੱਜ ਪਬਲਿਕ ਡੀਲਿੰਗ ਨਹੀਂ ਹੋਣੀ। ਹੈਲੋ, ਹੈ ਗਈ ਸੀ, ਆ ਗਈ। ਅੱਜ 1 April ਹੈ ਨਾ, ਪਬਲਿਕ ਡੀਲਿੰਗ ਨਹੀਂ ਹੈ। ਹੈਲੋ, ਆ ਸੈਲਰੀ ਕੱਟਿਆ ਭਾਬੀ ਦੀ, ਚਪੇੜਾ ਲਾ ਲਈ, ਸੈਲਰੀ ਕੱਟੋ। ਅੱਜ ਮੇਰੇ ਸਾਰੇ ਮੰਮੀ ਮੰਮੀ ਸਭ ਦੇਖ ਕੇ, ਵੈਸੇ ਮੈਂ ਜੀਤ ਨੂੰ ਦੱਸਤਾ ਸੀਗਾ, ਜੀਤ ਨੇ ਦੱਸਤਾ ਹੁਣ, ਹੈ ਨਾ, ਦੇਖ ਲੈ। ਕੀ ਕਰ ਰਹੇ ਸਾਰੇ, ਛੁੱਟੀ ਹੋ ਗਈ। 1 April ਹੈ, ਅੱਜ 1 April ਹੈ ਨਾ, ਪਬਲਿਕ ਡੀਲਿੰਗ ਨਹੀਂ ਹੈ, ਛੁੱਟੀ ਹੋ ਗਈ। ਮੈਂ ਲੂਜ਼ ਕਰ ਦਿੱਤੀ ਹੂੰ ਥੋੜੇ ਸੇ। ਹਾਂਜੀ, ਇੱਕ ਮਿੰਟ ਰੁਕੋ, ਮੈਂ ਤੁਹਾਡੇ ਨਾਲ ਗੱਲਾਂ ਕਰਦੀ ਹਾਂ ਹੁਣੇ, ਚੱਲ ਲੂਜ਼ ਕਰਦੀ ਹੈ। ਮੈਂ ਸਵੇਰੇ ਵਲੌਗ ਸਟਾਰਟ ਕੀਤਾ 10:20 ਤੇ ਮੈਂ ਘਰ ਆ ਗਈ ਸੀ, ਉਸ ਤੋਂ ਬਾਅਦ ਮੈਂ ਵਲੌਗ ਨਹੀਂ ਬਣਾ ਪਾਈ ਕਿਉਂਕਿ ਆ ਕੇ ਬ੍ਰੇਕਫਾਸਟ ਵਗੈਰਾ ਬਣਾਇਆ, ਹੈ ਨਾ, ਮੰਮੀ ਦੇ ਨਾ ਪੈਰ ਵਗੈਰਾ ਲੱਤਾਂ ਵਗੈਰਾ ਦੇਖੋ ਕਿੱਡੀਆਂ ਸੁੱਜੀਆਂ ਹੋਈਆਂ, ਹੈ ਨਾ, ਅਤੇ ਮੰਮੀ ਹੁਣ ਜਾ ਕੇ ਦਵਾਈ ਦਵੂਈ ਲੈ ਕੇ ਆਈ ਆ, ਇੰਜੈਕਸ਼ਨ ਲਗਵਾ ਕੇ ਆਏ ਆ, ਫਿਰ ਮੰਮੀ ਮੇਰੇ ਆਉਣ ਤੋਂ ਬਾਅਦ ਉੱਥੇ 11:30, ਫਿਰ ਆਪਾਂ ਬ੍ਰੇਕਫਾਸਟ ਵਗੈਰਾ ਕੀਤਾ, ਫਿਰ ਦੀਦੀ ਆ ਗਏ ਸੀਗੇ, ਅਤੇ ਹੁਣ ਨਾ ਫਿਲਹਾਲ 'ਚ ਕੋਈ ਕੰਮ ਨਹੀਂ ਹੈਗਾ ਕਰਨ ਵਾਲਾ, ਸਬਜ਼ੀ ਵੀ ਪਈ ਹੋਈ ਆ ਅਤੇ ਆਟਾ ਵੀ ਗੁੰਨਿਆ ਹੋਇਆ। ਅੱਜ ਅਰਨਾਜ਼ ਔਰ ਮੈਂ ਚੱਲੇ ਹਾਂ ਦੇਵੀ ਤਲਾਹ ਮੰਦਿਰ ਪਹਿਲੀ ਵਾਰ, ਅਤੇ ਮੈਂ ਤੁਹਾਨੂੰ ਵੀ ਦਿਖਾਊਂਗੀ। ਉਹ ਮੈਂ ਕਿਉਂ ਚੱਲੀ ਹਾਂ ਉਹ ਵੀ ਰੀਜ਼ਨ ਮੈਂ ਤੁਹਾਨੂੰ ਦੱਸਦੀ ਹਾਂ। ਚੱਲੀ ਹਾਂ ਆਪਣੇ ਮਤਲਬ ਕਲੀਗ ਹੈਗੇ ਮੇਰੇ, ਵੈਸੇ ਤਾਂ ਹੁਣ ਫਰੈਂਡ ਹੀ ਲਾ ਲਓ, ਪਰ ਬੈਂਕ 'ਚ ਮੈਮ ਕਹੀਦਾ ਕਿਉਂਕਿ ਉਹਨਾਂ ਦੀ ਡੈਜ਼ਿਗਨੇਸ਼ਨ ਵੱਡੀ ਆ ਆਪਣੇ ਨਾਲੋਂ, ਹੈ ਨਾ, ਅਤੇ ਉਹਨਾਂ ਦੇ ਬੇਟੇ ਦਾ ਸ਼ੌਂਕ ਹੈਗਾ ਆ ਯੂਟਿਊਬ 'ਤੇ ਆਉਣ ਦਾ, ਸੋ ਉਹਨਾਂ ਦਾ ਵਲੌਗ ਦਾ ਉਹਨਾਂ ਨੇ ਚੈਨਲ ਕ੍ਰੀਏਟ ਕੀਤਾ ਆ ਨਿਊ ਅਫਲਾਤੂਨ ਅਰਨਬ, ਤੁਸੀਂ ਸਾਰੇ ਜਣੇ ਸਬਸਕ੍ਰਾਈਬ ਜ਼ਰੂਰ ਕਰਿਓ, ਠੀਕ ਹੈ। ਡਿਸਕ੍ਰਿਪਸ਼ਨ ਵਿੱਚ ਮੈਂ ਲਿੰਕ ਦੇਵਾਂਗੀ, ਕੋਸ਼ਿਸ਼ ਕਰਾਂਗੀ ਕਿ ਆ ਜਾਵੇ, ਹੈ ਨਾ, ਅਤੇ ਉੱਥੇ ਜਾ ਕੇ ਸਬਸਕ੍ਰਾਈਬ ਕਰ ਲਿਓ, ਅਤੇ ਬਾਕੀ ਮੈਂ ਤੁਹਾਨੂੰ ਵਲੌਗ 'ਚ ਮਿਲਵਾਵਾਂਗੀ। ਸੋ ਉਹਨਾਂ ਨੇ 1 ਵਲੌਗ ਦੀ ਸ਼ੁਰੂਆਤ ਦੇਵੀ ਤਲਾਹ ਮੰਦਿਰ ਤੋਂ ਕਰ ਰਹੀ ਹਾਂ ਵੀ ਆਪਾਂ ਉੱਥੋਂ ਵਲੌਗ ਬਣਾਉਣਾ ਆ, ਸੋ ਮੈਨੂੰ ਕਹਿ ਰਹੀ ਸੀਗੀ ਤੂੰ ਨਾਲ ਚੱਲ ਅਤੇ ਅਰਨਾਜ਼ ਨੂੰ ਵੀ ਲੈ ਕੇ ਚੱਲੋ, ਅਤੇ ਅਰਨਾਜ਼ ਨੂੰ ਨਵਾ ਧੁਆ ਕੇ ਸਿਰ ਸੁਰ ਧੋ ਕੇ ਰੇਡੀ ਕਰਤਾ ਆ, ਅਤੇ ਹੁਣ ਆਪਾਂ ਚੱਲੇ ਹਾਂ ਦੇਵੀ ਤਲਾਹ ਮੰਦਿਰ। ਮੰਮੀ ਨੇ ਰੋਟੀ ਰੋਟੀ ਸਭ ਖਾ ਲਈ ਆ, ਮੰਮੀ ਰੈਸਟ ਕਰ ਲੈਣਗੇ, 1 ਵਜੇ ਚੱਲੇ ਹਾਂ ਹੱਦ ਮਾਰ ਕੇ, 3 ਵਜੇ ਤੱਕ 1.5-2 ਘੰਟੇ 'ਚ ਆਪਾਂ ਘਰ ਆ ਜਾਣਾ ਫਟਾਫਟ। ਮੈਂ ਕਿਹਾ ਇਸ ਬਹਾਨੇ ਮੈਂ ਵੀ ਦੇਵੀ ਤਲਾਹ ਮੰਦਿਰ ਦੇਖ ਲੂੰਗੀ, ਵਲੌਗ ਵੀ ਤੁਹਾਡੇ ਸਾਰਿਆਂ ਲਈ ਬਣਾ ਲੂੰਗੀ, ਤੁਸੀਂ ਸਾਰੇ ਵੀ ਦੇਖ ਲਿਓ ਜਿਨ੍ਹਾਂ ਨੇ ਨਹੀਂ ਦੇਖਿਆ, ਹੈ ਨਾ, ਔਰ ਜਿਨ੍ਹਾਂ ਨੇ ਦੇਖਿਆ ਉਹ ਵੀ ਮੈਨੂੰ ਕਮੈਂਟ ਕਰਕੇ ਦੱਸਿਓ ਵੀ ਸਾਡੇ 'ਚੋਂ ਕਿਸੇ ਨੇ ਦੇਖਿਆ, ਜੇ ਮੰਮੀ ਠੀਕ ਹੁੰਦੀ ਤਾਂ ਮੰਮੀ ਵੀ ਚੱਲਦੇ, ਹੈ ਨਾ, ਲੈ ਕੇ ਮੈਂ ਕਿਹਾ ਚਲੋ ਤੁਸੀਂ ਰੈਸਟ ਕਰੋ, ਅਸੀਂ ਹੋ ਕੇ ਆਏ, ਠੀਕ ਹੈ, ਚਲੋ ਆਓ ਫਿਰ ਆਪਾਂ ਘੁੰਮਦੇ ਹਾਂ ਅਤੇ ਤੁਹਾਨੂੰ ਦੇਵੀ ਤਲਾਹ ਮੰਦਿਰ ਦਿਖਾਉਂਦੇ ਹਾਂ ਅੱਜ, ਠੀਕ ਹੈ, ਕੰਮ ਕਰਨਾ, ਠੀਕ ਹੈ, ਕੁਛ ਨਹੀਂ ਕਰਨਾ, ਸੋ ਜਾਓ, ਆਪਾਂ ਡਿਸਟਰਬ ਕਰਨ ਵਾਲਾ ਕੋਈ ਨਹੀਂ ਹੈ, ਡਿਸਟਰਬ ਕਰਨ ਵਾਲਾ ਪ੍ਰਾਣੀ ਮੈਂ ਲਾ ਕੇ ਚੱਲੀ ਹਾਂ, ਕੁਛ ਨਹੀਂ ਕਰਨਾ, ਸੋ ਜਾਓ, ਠੀਕ ਹੈ, ਹਾਂ, ਕਿਆ ਮੈਂ ਆ ਰਹੀ ਹੂੰ ਅਭੀ, ਹਾਂ, ਆਪ ਤਾਂ ਸਭ ਤੋਂ ਲੇਟ ਉੱਠੇ ਹੋ, ਸੋ ਕੇ 11:30 ਉੱਠੀ ਕੁੜੀ, ਸੋ ਕੇ ਚਲੋ ਸਕੂਲ ਵੀ ਨਹੀਂ ਗਿਆ ਅੱਜ, ਅੱਜ ਤੋਂ ਇਹਦੀ ਸਕੂਲ ਸਟਾਰਟ ਸੀ, ਨਰਸਰੀ ਕਲਾਸ ਚਲੀ ਗਈ ਹੈ, ਵੀ ਕੁੜੀ ਵਧਾਈਆਂ ਦਿਓ ਕੁੜੀ ਨੂੰ, ਹੈ ਨਾ, ਅਤੇ ਕੱਲ੍ਹ ਤੋਂ ਹੁਣ ਸਕੂਲ ਜਾਏਗੀ, ਹਾਂ ਚਲੋ ਸਕੂਲ ਹੈ ਮੇਰੇ ਸਕੂਲ ਦਾ ਨਾਮ, ਚਲੋ ਚਲੋ ਲੈਟਸ ਗੋ।
ਸੋ ਗਾਇਸ ਦੇਖੋ ਆਪਾਂ ਪਹੁੰਚ ਗਏ ਦੇਵੀ ਤਲਾਬ ਮੰਦਰ। ਸੋ ਇਹ ਮੇਰਾ ਬਿਲਕੁਲ ਫਸਟ ਟਾਈਮ ਹੈਗਾ, ਮੈਂ ਫਸਟ ਟਾਈਮ ਆਈ ਹਾਂ। ਸੋ ਮੈਂ ਵੀ ਦੇਖਣਾ ਆ ਅੰਦਰ ਕਿੱਦਾਂ ਦਾ ਐਕਸਪੀਰੀਅੰਸ ਹੁੰਦਾ ਹੈ ਨਾ, ਮੈਂ ਕਦੀ ਅੱਜ ਤੱਕ ਅੰਦਰ ਗਈ ਨਹੀਂ ਆ। ਸੋ ਅੱਜ ਤੁਹਾਨੂੰ ਵੀ ਦਿਖਾਉਂਦੇ ਹਾਂ, ਜਿਨ੍ਹਾਂ ਨੇ ਨਹੀਂ ਦੇਖਿਆ ਇਸ ਵਲੋਗ ਦੇ ਥਰੂ ਦੇਖਿਓ, ਅਤੇ ਜੇ ਅੱਛਾ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਓ। ਅਤੇ ਮੈਂ ਤੁਹਾਨੂੰ ਮਿਲਾਉਂਦੀ ਹਾਂ ਅਫਲਾਤੂਨ ਅਰਨਵ ਦੇ ਨਾਲ, ਜਿਹਦੀ ਗੱਲ ਮੈਂ ਹੁਣੇ ਨਿਕਲਦੇ ਹੋਏ ਕੀਤੀ ਸੀ। ਇੱਧਰ ਆਓ, ਇੱਧਰ ਆਓ, ਇੱਧਰ ਆਓ। ਸੋ ਸਭ ਕੋ ਬੋਲੋ, ਮੇਰਾ ਨਿਊ ਚੈਨਲ ਹੈ ਅਫਲਾਤੂਨ ਅਰਨਵ। ਮੇਰਾ ਨਿਊ ਚੈਨਲ ਹੈ ਅਫਲਾਤੂਨ ਅਰਨਵ, ਜਿਹਦਾ ਜੋ ਲਿੰਕ ਹੈ ਮੈਂ ਡਿਸਕ੍ਰਿਪਸ਼ਨ ਵਿੱਚ ਦੇ ਦੂੰਗੀ। ਸਾਰੇ ਜਾ ਕੇ ਲਾਈਕ ਜ਼ਰੂਰ ਕਰਿਓ ਔਰ ਸਬਸਕ੍ਰਾਈਬ ਵੀ ਕਰਿਓ, ਠੀਕ ਹੈ? ਜੀ ਪਾਪਾ। ਲਿੰਕ ਹਮ ਹਰ ਚੀਜ਼ ਕਾ ਲਿੰਕ ਡਿਸਕ੍ਰਿਪਸ਼ਨ ਮੇਂ ਦੇ ਦੇ। ਹਾਂ, ਡਿਸਕ੍ਰਿਪਸ਼ਨ 'ਚ ਮੈਂ ਲਿੰਕ ਦੇ ਦੂੰਗੀ, ਸਾਰੇ ਜਣੇ ਜਾ ਕੇ ਸਬਸਕ੍ਰਾਈਬ ਜ਼ਰੂਰ ਕਰਿਓ, ਸਪੋਰਟ ਜ਼ਰੂਰ ਕਰਿਓ। ਹਾਂ, ਔਰ ਜਿਹੜੇ ਫੂਡ ਵਲੌਗਿੰਗ ਪਸੰਦ ਕਰਦੇ ਆ ਉਹ ਵੀ ਤੁਹਾਨੂੰ ਇਸ ਚੈਨਲ 'ਤੇ ਦੇਖਣ ਨੂੰ ਮਿਲੂਗੀ। ਵਲੌਗਸ ਪਸੰਦ ਕਰਦੇ ਆ ਉਹ ਵੀ ਇਸ ਚੈਨਲ 'ਤੇ ਦੇਖਣ ਨੂੰ ਮਿਲੂਗਾ। ਗੇਮਿੰਗ ਵਲੌਗਸ ਪਸੰਦ ਕਰਦੇ ਆ ਉਹਨਾਂ ਨੂੰ ਵੀ ਇਸ ਚੈਨਲ 'ਤੇ ਉਹ ਸਾਰੀਆਂ ਚੀਜ਼ਾਂ ਦੇਖਣ ਨੂੰ ਮਿਲਣਗੀਆਂ। ਸੋ ਜਾ ਕੇ ਇੱਕ ਕਿਊਟੀ ਬਾਈ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ, ਠੀਕ ਹੈ? ਔਰ ਜੋ ਡਰਾਇੰਗ ਹੈ ਉਹ ਵੀ ਹਮੇਂ ਲਿੰਕ ਪੇ ਕਰਨਾ ਹੈ। ਹਾਂ, ਮਤਲਬ ਇਹ ਮਲਟੀਪਲ ਚੀਜ਼ਾਂ ਆਪਣੇ ਚੈਨਲ ਤੇ ਲੈ ਕੇ ਆਊਗਾ, ਜੋ ਜੋ ਇਹ ਡੇਲੀ ਰੂਟੀਨ ਚ ਕਰਦਾ ਆ, ਸਟੱਡੀ ਤੋਂ ਰਿਲੇਟਡ, ਗੇਮਸ ਤੋਂ ਰਿਲੇਟਡ, ਸਾਰੀਆਂ ਚੀਜ਼ਾਂ ਤੋਂ ਰਿਲੇਟਡ। ਚਲੋ ਹੁਣ ਆਪਾਂ ਅੰਦਰ ਚੱਲਦੇ ਹਾਂ ਤੇ ਤੁਹਾਨੂੰ ਸਾਰਿਆਂ ਨੂੰ ਦਰਸ਼ਨ ਕਰਾਉਂਦੇ ਹਾਂ, ਠੀਕ ਹੈ? ਔਰ ਮੈਂ ਵੀ ਕਰੂੰਗੀ ਕਿਉਂਕਿ ਮੇਰਾ ਫਸਟ ਟਾਈਮ ਹੈਗਾ ਆ। ਵਾਓ, ਔਰ ਦੇਖ ਵਾਓ ਲਾਇਨ, ਉਹ ਦੇਖ ਲਾਇਨ, ਉੱਪਰ ਨਹੀਂ ਜਾ ਸਕਤੇ, ਆ ਜਾਓ। ਮੈਨੂੰ ਤਾਂ ਕੁਛ ਨਹੀਂ ਕਹਿੰਦੇ ਹੋਈ ਨਹੀਂ, ਉਹ ਦੇਖ ਹੈ ਨਾ, ਇਹ ਜਾਣੇ ਕਾ ਹੀ ਰਸਤਾ, ਖੁੱਲਿਆ ਥੋੜੀ ਆ ਵਾਂ ਸੇ। ਅਤੇ ਦੇਵੀ ਤਲਾਬ ਦਾ ਐਕਸਪੀਰੀਅੰਸ ਵੀ ਮੈਂ ਕਹਿੰਦੀ ਹਾਂ ਡਿਫਰੈਂਟ ਹੈਗਾ। ਅੱਛਾ, ਤੁਹਾਨੂੰ ਇੱਕ ਗੱਲ ਦੱਸਦਾ, ਜਿਹੜੇ ਹਜੇ ਤੱਕ ਨਹੀਂ ਆਏ ਜਾਣ ਦਾ ਪਲਾਨ ਕਰ ਰਹੇ ਹੋ ਨਾ, ਦੁਪਹਿਰ ਤੋਂ ਬਾਅਦ ਆਇਓ, ਕਿਉਂਕਿ ਇਸ ਟਾਈਮ ਤੱਕ ਸਾਰੇ ਮੰਦਿਰ ਜੋ ਹੈ ਦੇਵੀ ਤਲਾਬ ਦੇ ਅੰਦਰ ਬੰਦ ਰਹਿੰਦੇ ਆ, ਹੈ ਨਾ। ਸ਼ਾਮ ਦੇ ਟਾਈਮ 2 ਵਜੇ ਤੋਂ ਬਾਅਦ ਓਪਨ ਕਰਦੇ ਆ, ਹਜੇ ਤੱਕ ਤਾਂ ਕੀਤੇ ਨਹੀਂ ਆ। ਸੋ ਮੇਰੇ ਹਿਸਾਬ ਨਾਲ ਸ਼ਾਮ ਦੇ ਟਾਈਮ ਹੁੰਦਾ ਹੋਏਗਾ। ਸ਼ਾਮ ਦੇ ਟਾਈਮ ਆਇਓ ਤਾਂ ਧੁੱਪ ਵੀ ਨਹੀਂ ਹੋਊਗੀ, ਪੈਰ ਵੀ ਨਹੀਂ ਸੜਨਗੇ, ਆਰਾਮ ਨਾਲ ਦਰਸ਼ਨ ਵੀ ਹੋ ਜਾਣਗੇ, ਇੰਜੋਏ ਵੀ ਹੋ ਜਾਏਗਾ। ਕਾਫੀ ਲੋਕ ਇੱਥੇ ਦਰਸ਼ਨ ਕਰਨ ਆਉਂਦੇ ਆ, ਬਹੁਤ ਸੋਹਣਾ ਗੁਰਦੁਆਰਾ ਹੈ, ਮਤਲਬ ਮਜ਼ਾ ਆ ਜਾਂਦਾ ਦੇਖ ਕੇ। ਸਰੋਵਰ ਵੀ ਬਹੁਤ ਵੱਡਾ, ਇਹਦਾ ਵੀ ਕਲੀਨ ਆ ਪਾਣੀ, ਬਹੁਤ ਵਧੀਆ, ਬਹੁਤ ਮਜ਼ਾ। ਮੈਂ ਫਸਟ ਟਾਈਮ ਆਈ ਹਾਂ, ਪਰ ਫਿਰ ਕਦੀ ਦੁਬਾਰਾ ਆਵਾਂਗੇ ਸ਼ਾਮ ਦੇ ਟਾਈਮ, ਤਾਂ ਕਿ ਅੰਦਰ ਦਰਸ਼ਨ ਕਰ ਸਕੀਏ। ਇੱਧਰ ਦੇਖੋ, ਅਨਾਜ ਮੈਮ ਦੀ ਗੋਦੀ ਚੜੀ ਹੋਈ ਆ। ਸੋ ਗਾਈਸ, ਅਰਨਵ ਦਾ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ, ਅਫਲਾਤੂਨ ਅਰਨਵ, ਠੀਕ ਹੈ? ਲਿੰਕ ਮੈਂ ਇੰਸਟਾਗ੍ਰਾਮ 'ਤੇ ਵੀ ਸ਼ੇਅਰ ਕਰੂੰਗੀ, ਲਿੰਕ ਮੈਂ ਡਿਸਕ੍ਰਿਪਸ਼ਨ ਵਿੱਚ ਵੀ ਸ਼ੇਅਰ ਕਰੂੰਗੀ, ਠੀਕ ਹੈ? ਬਹੁਤ ਕਿਊਟੀ ਪਾਈ ਜਿਹਾ ਹੈਗਾ, ਬਹੁਤ ਸੋਹਣਾ ਬੋਲਦਾ, ਹਜੇ ਸਟਾਰਟਿੰਗ ਹੈਗੀ ਆ, ਹਜੇ ਬੱਚਾ ਆ, ਸੋ ਗਲਤੀਆਂ ਕਰੇਗਾ, ਹੌਲੀ 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 ਠੀਕ ਕਰਦਾ ਜਾਏਗਾ, ਹੈ ਨਾ, ਸਪੋਰਟ ਕਰਿਓ। ਹਾਂਜੀ ਦੋਸਤੋ, ਅਸੀਂ ਨਾ ਦੇਵੀ ਤਲਾਬ ਮੰਦਰ ਤੋਂ ਆ ਗਏ ਸੀਗੇ, 3:30-3:30 ਵਜੇ ਨਾਲ ਆ ਗਏ ਸੀਗੇ। ਆ ਕੇ ਉਹਨਾਂ ਕੋਈ ਵਲੌਗ ਨਹੀਂ ਬਣਾਇਆ, ਮੈਂ ਬਹੁਤ ਜ਼ਿਆਦਾ ਥੱਕੀ ਪਈ ਸੀਗੀ, ਅਤੇ ਆ ਕੇ ਹੁਣ ਆਪਾਂ ਚਾਚੂ ਵਗੈਰਾ ਪੀ ਕੇ ਹਟ ਗਏ ਹਾਂ। ਉੱਥੋਂ ਦੇਖੋ ਅਰਨਾਜ਼ ਇਹ ਵਾਲਾ ਟੋਏ ਲੈ ਕੇ ਆਈ, ਹੈ ਨਾ, ਉੱਥੇ ਬਿੱਤਰ ਗਈ ਸੀ ਕਿ ਲੈਣਾ ਹੀ ਲੈਣਾ, ਹੁਣ ਆਪਣੀ ਦਾਦੀ ਨਾਲ ਖੇਡਦੀ ਪਈ ਹੈ, ਅਤੇ ਮੈਂ ਕਿਹਾ ਚਲੋ ਆਪਾਂ ਉੱਠ ਕੇ ਕੋਈ ਕੰਮ ਕੁੰਮ ਕਰੀਏ। ਦੁਪਹਿਰੇ ਕਿਸੇ ਨੇ ਰੋਟੀ ਖਾ ਦੇਣੀ, ਜਸਟ ਸਰਜੀ ਹੁਣੇ ਖਾ ਕੇ ਗਿਆ, ਘੰਟਾ ਕੁ ਹੋਇਆ ਆ,
ਤੇ ਭੁੱਖ ਲੱਗੀ ਸੀ ਉਹਨੂੰ ਤਾਂ ਜਿਹੜੀ ਸਬਜ਼ੀਆਂ ਪਈ ਸੀ ਉਹਦੇ ਨਾਲ ਹੀ ਮੈਂ ਬਣਾ ਤਾ ਤੇ ਮੈਂ ਪਾਲਕ ਪਨੀਰ ਬਣਾਇਆ ਸੀ ਨਾ ਉਹ ਵੀ ਕਿਸੇ ਨੇ ਨਹੀਂ ਖਾਇਆ ਉੱਦਾਂ ਦਾ ਉੱਦਾਂ ਫਰਿੱਜ 'ਚ ਪਿਆ ਸੋ ਅੱਜ ਰਾਤੀ ਆਪਾਂ ਉਹੀ ਪਾਲਕ ਪਨੀਰ ਖਾਵਾਂਗੇ ਨਾਲ ਮੈਂ ਰੋਟੀ ਬਣਾ ਲਵਾਂਗੀ ਨਾਲ ਸਭ ਸੋਚ ਰਹੇ ਹਾਂ ਕੁਛ ਮਿੱਠਾ ਬਣਾ ਲਵਾਂ ਅਤੇ ਇੱਥੇ ਮੈਂ ਦੇਖੋ ਇੱਥੇ ਮੈਂ ਜੋ ਹੈ ਸਮਾਨ ਸਮੂਨ ਕੁਛ ਘਿਓ ਵੀ ਉਹ ਮੱਖਣ ਮੱਖਣ ਸਭ ਕੱਢਦੀ ਪਈ ਹਾਂ ਮੱਖਣ ਨਹੀਂ ਮੱਖਣ ਕੱਢ ਲਿਆ ਘਿਓ ਘਿਓ ਕੱਢਦੀ ਪਈ ਹਾਂ ਅਤੇ ਗੀਜ਼ਰ ਔਨ ਕੀਤਾ ਮੈਂ ਕਿਹਾ ਮੱਖਣ ਵਾਲੇ ਭਾਂਡਿਆਂ 'ਚ ਨਾ ਪਾਣੀ ਫੇਰ ਕੇ ਰੱਖ ਲਈਏ ਤਾਂ ਕਿ ਉਹ ਆ ਕੇ ਧੋ ਜਾਏਗੀ ਆਰਾਮ ਨਾਲ ਹੈ ਨਾ ਅਤੇ ਉਸ ਤੋਂ ਬਾਅਦ ਮੈਂ ਇੱਥੇ ਸਾਰੀ ਸ਼ੈਲਫ ਵਗੈਰਾ ਕਲੀਨ ਕਰਦੀ ਹਾਂ ਮੈਂ ਕਿਹਾ ਪਹਿਲੇ ਇਹ ਵਾਲਾ ਕੰਮ ਨਿਬੇੜ ਲਾਂ ਉਸ ਤੋਂ ਬਾਅਦ ਕਰਦੀ ਹਾਂ ਅਤੇ ਉਸ ਤੋਂ ਬਾਅਦ ਨਾ ਮੈਂ ਅਜੇ ਕੱਪੜੇ ਵਗੈਰਾ ਵੀ ਰੱਖਣੇ ਆ ਉਹ ਮੈਂ ਹੁਣ ਹੌਲੀ ਹੌਲੀ ਰੱਖ ਲੂੰਗੀ ਕਿਉਂਕਿ ਅੱਜ ਸਬਜ਼ੀ ਸੁਬਜ਼ੀ ਤਾਂ ਬਣਾਉਣੀ ਨਹੀਂ ਆ ਸਿਰਫ ਫੁਲਕੇ ਹੀ ਲਾਉਣੇ ਆਟਾ ਗੁੰਨਾ ਹੋਇਆ ਸੀ ਮੈਂ ਸੋਚ ਰਹੀ ਹਾਂ ਜਿਹੜਾ ਦੂਜੇ ਕੰਮ ਹੈ ਨਾ ਉਹ ਹੀ ਕਰ ਲਵਾਂ ਨੈੱਟ ਥੱਲੇ ਆ ਗਈ ਸਾਡੀ ਦੇਖੋ ਹੁਣ ਆ 2-4 ਦਿਨ ਦੀ ਗੱਲ ਆ ਇਹ ਥੱਲੇ ਆ ਜਾਣੀ ਆ ਕਿਉਂਕਿ ਗਰਮੀਆਂ ਆ ਗਈਆਂ ਅਤੇ ਮੈਂ ਕੱਪੜੇ ਕੁਪੜੇ ਧੋ ਕੇ ਹਟੀ ਸੀ ਕੱਪੜੇ ਕੁਪੜੇ ਮੈਂ ਦੇਖੋ ਸੁੱਕਣੇ ਪਾ ਕੇ ਹਟੀ ਹਾਂ ਅਤੇ ਹੁਣ ਹੋਰ ਮਸ਼ੀਨ 'ਚ ਪਾਏ ਹੋਏ ਆ ਅਤੇ ਆ ਦੇਖੋ ਧੋਤੇ ਹੋਏ ਆ ਤੈਅ ਲਾਉਣੇ ਆ ਸੋ ਇਹ ਸਾਰਾ ਕੰਮ ਕਰਨਾ ਮੈਂ ਕਿਹਾ ਪਹਿਲੇ ਮੈਂ ਕਿਚਨ ਵਾਲਾ ਕਰਕੇ ਫ੍ਰੀ ਹੋ ਜਾਂ ਤਾਂ ਕਿ ਦੀਦੀ ਆ ਕੇ ਸਾਰੇ ਭਾਂਡੇ ਧੋ ਜਾਏਗੀ ਉਸ ਤੋਂ ਬਾਅਦ ਮੈਂ ਵਾਲੇ ਕੰਮਾਂ ਵੱਲ ਹੋਵਾਂਗੀ ਹੈ ਨਾ ਚਲੋ ਮੈਂ ਤੁਹਾਨੂੰ ਘਿਓ ਕੱਟ ਕੇ ਫਿਰ ਮਿਲਦੀ ਹਾਂ ਠੀਕ ਹੈ ਅੱਜ ਮੈਂ ਪਹਿਲੀ ਵਾਰ ਆਪ ਕੱਢਿਆ ਨਹੀਂ ਤਾਂ ਮੰਮੀ ਹਮੇਸ਼ਾ ਇਹ ਕੰਮ ਕਰਦੇ ਹੁੰਦੇ ਆ ਅੱਜ ਮੈਂ ਮੱਖਣ ਕੱਢਿਆ ਵੀ ਧੋਤਾ ਵੀ ਸਾਰਾ ਕੁਛ ਮੈਂ ਆਪ ਕਰਦੀ ਪਈ ਕਿਉਂਕਿ ਮੈਂ ਨਾ ਪਿਛਲੀ ਵਾਰ ਮੰਮੀ ਨੂੰ ਕਰਦੇ ਹੋਏ ਦੇਖ ਲਿਆ ਸੀਗਾ ਤਾਂ ਮੈਨੂੰ ਆ ਗਿਆ ਪਰ ਮੰਮੀ ਥੋੜ੍ਹੇ ਠੀਕ ਨਹੀਂ ਹੈਗੇ ਮੈਂ ਕਿਹਾ ਤੁਸੀਂ ਰੈਸਟ ਕਰੋ ਅਤੇ ਮੈਂ ਆਪੇ ਕਰ ਲੈਣਾ ਹੈ ਨਾ ਕਿਉਂਕਿ ਮੈਨੂੰ ਆ ਗਿਆ ਬਈ ਮੇਰਾ ਉਹ ਵਾਲਾ ਸਾਰਾ ਕੰਮ ਹੋ ਗਿਆ ਸੀ ਦੀਦੀ ਆ ਕੇ ਦੇਖੋ ਈਵਨ ਭਾਂਡੇ ਵਾਂਡੇ ਵੀ ਧੋ ਗਈ ਆ ਅਤੇ ਮੈਂ ਨਾ ਇੱਥੇ ਗੋਭੀ ਪਈ ਸੀ ਮੈਨੂੰ ਇੱਦਾਂ ਲੱਗ ਰਿਹਾ ਸੀ ਕਿ ਇਹ ਕੱਲ੍ਹ ਤੱਕ ਖਰਾਬ ਹੋ ਜਾਏਗੀ ਸੋ ਮੈਂ ਕੱਟ ਕੇ ਫਟਾਫਟ ਵੈਸੇ ਸਬਜ਼ੀ ਬਣੀ ਹੋਈ ਸੀ ਮੈਂ ਤੁਹਾਨੂੰ ਦੱਸਿਆ ਸੀ ਬਣਾਉਂਦੀ ਰਹਿੰਦੀ ਹਾਂ ਪਰ ਕੱਟ ਕੇ ਮੈਂ ਫਟਾਫਟ ਜੋ ਹੈ ਗੋਭੀ ਰੱਖਤੀ ਆ ਹੁਣ ਗੋਭੀ ਬਣਦੀ ਰਹੇਗੀ ਚਲੋ ਹੁਣ ਮੈਂ ਮੰਮੀ ਨੂੰ ਵੀ ਨਹੀਂ ਦਿਖਾਈ ਸੀ ਨਾਲ ਤੁਹਾਨੂੰ ਵੀ ਦਿਖਾਉਂਦੀ ਹਾਂ ਮੈਂ ਕੱਲ੍ਹ ਉੱਥੋਂ ਹਿਮਾਚਲ ਤੋਂ ਨਾ ਬਾਬਾ ਡੇਰੇ ਦੇ ਉੱਥੇ ਮਤਲਬ ਬਾਹਰ ਸਟੋਲਸ ਲੱਗੇ ਹੁੰਦੇ ਆ ਨਾ ਅਤੇ ਨਾਲ ਲਈ ਰਬੜਸ ਦਾ ਪੈਕਟ ਅਤੇ ਕਲਿਪਸ ਲਿਟਲ ਬਿਟ ਮੈਨੂੰ ਐਕਸਪੈਂਸਿਵ ਮਿਲੇ ਕਿਉਂਕਿ ਸਾਡੇ ਇੱਥੇ ਰੇਟ ਸਾਨੂੰ ਸਹੀ ਮਿਲਦਾ ਹੈ ਨਾ ਉਸ ਪਾਸੇ ਰੇਟ ਥੋੜ੍ਹਾ ਜ਼ਿਆਦਾ ਲਾਉਂਦੇ ਆ ਹੈ ਨਾ ਅਤੇ ਮੈਂ ਤੁਹਾਨੂੰ ਦਿਖਾਉਂਦੀ ਹਾਂ ਨਾਲ ਨਾਜ਼ ਨੇ ਦੇਖਿਆ ਨਾ ਮੰਮੀ ਨੇ ਦੇਖਿਆ ਆਹ ਦੇਖੋ ਮੰਮੀ ਕਿੰਨੇ ਸੋਹਣੇ ਕਲਿਪ ਮਿਲੇ ਆ ਮੇਰੇ ਕੋਲ ਥੋੜੇ ਜਿਹੇ ਮਹਿੰਗੇ ਹੀ ਰਹੀ ਉਸਨੇ ਨਾ ਟੋਟਲ 140 ਰੁਪਏ ਲਏ ਤਿੰਨ ਚੀਜ਼ਾਂ ਰਬੜ ਦਾ ਪੈਕਟ ਵੀ ਲਾਇਆ ਓਏ ਨਿਕਲਦੀ ਰਹੀ ਇਹ ਅਰੂ ਬਣੀ ਇਸ ਉੱਪਰ ਬਲੂ ਕਲਰ ਕੇ ਬੜੇ ਅੱਛੇ ਲਗੇ ਮੇਰੇ ਕੋਲ ਮੈਂ ਨਹੀਂ ਖੋਲ ਕੇ ਦੇਖਾ ਮੈਨੂੰ ਸਹੀ ਹੋਏਗੇ ਗੁੱਤ ਤੋਂ ਪੈਸੇ ਜੈਸੇ ਇਸਨੇ ਨੀਚੇ ਫੋਲਡ ਕਰਕੇ ਲਗਾਏ ਆ ਕਿਆ ਮਾੜੇ ਆ ਮੈਨੇ ਕਿਹਾ ਆਪਣੇ ਵੀ ਨਹੀਂ ਦੇਖੇ ਚਲੋ ਦਿਖਾਉਂ ਸਹੀ ਹੈ ਨਾ ਇਹ 40 ਦਾ ਪੈਕਟ ਸੀ ਫਿਰ 50-50 ਦੇ ਦਿੱਤੇ ਉਹਨੇ 50-50 ਮੈਂ ਉਹ ਤੁਹਾਨੂੰ ਉਹੀ ਦੱਸ ਰਹੀ ਹਾਂ ਲਿਟਲ ਬਿਟ ਐਕਸਪੈਂਸਿਵ ਸੀਗੇ ਪਰ ਮੈਨੂੰ ਪਹਾੜ ਤੇ ਦੇਣੇ ਉਹਨਾਂ ਨੇ ਪਰ ਫਿਰ ਮੈਨੂੰ ਇਹ ਮੰਮੀ ਬਹੁਤ ਸੋਹਣਾ ਲੱਗਾ ਬਲੂ ਕਲਰ ਦਾ ਇਵਨ ਅਸੀਂ ਵੀ ਲਗਾ ਸਕਦੇ ਹਾਂ ਇੰਨਾ ਵੱਡਾ ਹੈ ਇਹਦੇ ਲਗਾ ਦੋ ਇਹ ਵਾਲਾ ਇਹ ਨਹੀਂ ਲਗਾ ਸਕਦੇ ਤਾਂ ਹੈ ਬੱਚਿਆਂ ਵਾਲਾ ਫਿਰ ਮੈਂ ਲੈ ਆਈ ਇੱਦਾਂ ਮੈਂ ਪਹਿਲੇ ਵੀ ਲਿਆਈ ਹੋਈ ਸੀ ਮੈਂ ਉਹ ਵੀ ਦਿਖਾਉਂਗੀ ਤੁਹਾਨੂੰ ਮੈਂ ਹੁਣੇ ਉਹ ਵੀ ਦਿਖਾਉਂਦੀ ਹਾਂ ਪਹਿਲੇ ਦੇ ਵੀ ਪਏ ਹੋਏ ਆ ਇੱਥੋਂ ਜਲੰਧਰ ਤੋਂ ਮੈਂ ਹੀਰਾ ਗੇਟ ਤੋਂ ਲਿੱਤੇ ਸੀ ਉਹ ਵੀ ਦਿਖਾਉਂਗੀ ਤੁਹਾਨੂੰ ਇਸ ਕੋ ਸੰਭਾਲ ਕੇ ਰੱਖਣਾ ਵਨ ਵਨ ਕਰਕੇ ਲਗਾਉਣਾ ਠੀਕ ਹੈ ਅੱਖਾਂ ਕਿਉਂ ਛੁਪਾਉਣੀਆਂ ਕਾਲੀ ਐਨਕ ਨਾ ਲਾਇਆ ਕਰ ਗਿਰਨਾ ਜਾਈ ਗਿਰਨਾ ਜਾਈ ਆਹ ਗਿੱਧਾ ਦੇਖ ਇਹਦਾ ਗਿੱਧਾ ਮੈਂ ਮਟਕੂ ਆ ਮੈਂ ਮਟਕੂ ਆਹ ਓਹ
ਚਲੋ ਚਲੋ ਬਹੁਤ ਡਾਂਸ ਹੋ ਗਿਆ ਬਈ। ਰਾਤ ਦੇ ਨਾ 10 ਵੱਜ ਚੁੱਕਿਆ, ਰੋਟੀ ਰੋਟੀ ਬਣਾ ਕੇ ਮੈਂ ਹੋ ਗਿਆ ਵਿਹਲੀ। ਮੈਂ ਬਹੁਤ ਜ਼ਿਆਦਾ ਅੱਜ ਬਿਜ਼ੀ ਰਹੀ, ਮੈਨੂੰ ਮੇਰੇ ਹਿਸਾਬ ਨਾਲ ਵਲੋਗ ਵੀ ਪ੍ਰੋਪਰ ਚੱਕ ਨਾਲ ਸ਼ੂਟ ਕਰਨ ਦਾ ਟਾਈਮ ਨਹੀਂ ਮਿਲਿਆ ਹੈ ਨਾ। ਮੈਂ ਬਹੁਤ ਜ਼ਿਆਦਾ ਥੱਕ ਗਿਆ, ਮੇਰਾ ਏਜੰਡਾ ਸੀਗਾ, ਮੈਂ ਥੋੜ੍ਹਾ ਕੱਪੜੇ ਕੁਪੜੇ ਸਾਂਭੇ ਜਿਹੜੇ ਧੋਤੇ ਬਾਹਰ ਤੈ ਲਾਨੂ ਪਈ ਸੀ ਸਾਰੇ ਸਾਂਭਦੇ, ਲੇਕਿਨ ਜਿਹੜਾ ਐਕਸਟਰਾ ਸੀਗੇ ਨਾ ਇਹ ਨਹੀਂ ਸਾਂਭ ਪਾਈ ਮੈਂ। ਜੀਤ ਦੇ ਕੱਪੜੇ ਵੀ ਗਰਮੀਆਂ ਦੇ ਕੱਢਣੇ ਆ, ਸੋਚੋ ਮੈਂ ਉਹ ਵੀ ਨਹੀਂ ਕੱਢੇ ਹਜੇ ਤੱਕ, ਉਹ ਵੀ ਮੈਂ ਕੱਢਣੇ। ਉਹ ਵਿਚਾਰੇ ਰੋਜ਼ ਮੈਨੇਜ ਕਰਕੇ ਪਾ ਲੈਂਦੇ ਆ ਕੱਪੜੇ, ਸ਼ਰਟਸ ਵਗੈਰਾ ਉਹਨਾਂ ਦੀਆਂ ਬਾਹਰ ਹੈ ਤਾਂ ਕਰਕੇ, ਬਾਕੀ ਕੁਛ ਸਾਰੇ ਕੱਪੜੇ ਅੰਦਰ ਹੈ। ਬਹੁਤ ਜ਼ਿਆਦਾ ਥਕਾਵਟ ਹੋਈ ਪਈ ਆ, ਅਤੇ ਕਲਿਪਸ ਦਿਖਾਉਣ ਤੋਂ ਪਹਿਲਾਂ ਨਾਲ ਦੇ ਸਾਰੇ ਰਬੜ ਖਿਲਾਰਦੇ ਸੀਗੇ, ਫਿਰ ਸਾਰੇ ਸਾਂਭੇ, ਫਿਰ ਇਹਨੇ ਹੱਥ ਹੱਥ ਫਿਰ ਕੱਟ ਮਰਵਾ ਲਿਆ, ਜਿਹੜੀ ਅਲਮਾਰੀ ਦਾ ਉਹ ਡਰੋਰ ਨਹੀਂ ਹੁੰਦਾ, ਉਹ ਜਿੱਦਾਂ ਆਪਾਂ ਗਰੋਸਰੀ ਰੱਖਦੇ ਉਹਦਾ ਕੋਨੇ ਵਾਲਾ ਮਰਵਾ ਲਿਆ ਅੰਗੂਠੇ 'ਤੇ। ਦੇਖੋ ਫਿਰ ਇਹਦੇ ਬੈਂਡਡ ਲਾਈ ਅਸੀਂ ਹੁਣੇ, ਗੰਦਾ ਆਇਆ, ਰੋਣ ਲੱਗ ਗਈ ਮੰਮੀ ਥੂਨ 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 ਥੂਨ, ਐਸੀ ਬੋਲ ਰਿਹਾ ਤਾ ਨਾ ਮੰਮੀ ਥੂਨ 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 ਨਹੀਂ ਕਹਿਣਾ ਆਉਂਦਾ ਥੂਨ ਥੂਨ। ਆਏ ਮੇਰੇ ਬੱਚੇ ਤੋਂ ਦਰਦ ਹੋ ਜਾ, ਉਹਨੇ ਮੇਰਾ ਕਾਕਾ ਨੱਚਦਾ ਪਿਆ ਸੀ, ਓਏ ਹੋਏ ਏਡੀ ਉੱਚੀ ਜੰਪਰੂ ਕਰੀ, ਉਹ ਤੇਰਾ ਭਲਾ ਜੇ ਆਹ ਕੱਲ੍ਹ ਤੇਰੇ ਨੇ ਸਕੂਲ ਜਾਣਾ ਇੰਨੇ ਦਿਨਾਂ ਦੇ ਬਾਅਦ, ਉਹ ਤੇਰੀ ਦੀ ਉਹ ਤੇਰੀ ਦੀ ਆਹ 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 ਹੋਸ਼ ਨਾ ਕਹੀ ਮੈਂ ਹੋਸ਼ ਮੈਂ ਦੇਖਣੇ ਵਾ, ਤੂੰ ਹੀ ਦੇਖੋ ਹਿਲਦੀ, ਤੂੰ ਹੀ ਦੇਖੋ ਹਿਲਦੀ ਨਿੱਕੀ ਜੀ ਆਹ ਆਹ ਨਿੱਕੀ ਜੀ ਤੂੰ ਦੇਖੋ ਹਿਲਦੀ। ਹਾਂਜੀ ਫਿਰ ਮੇਰੇ ਬਾਲਾਂ ਦੀ ਪੂਛ ਖੜੀ ਹੋਈ ਆ ਇਹ ਦੇਖੋ। ਹਾਂਜੀ ਫਿਰ ਰਾਤ ਦੇ ਨਾ 11 ਵੱਜ ਚੁੱਕਿਆ, ਅਨਾਜ ਆ ਸਾਡੀ 10:30 ਹੋ ਗਈ ਸੀ। ਮੈਂ ਹੁਣੇ ਬਣਾਇਆ ਸੀ ਬਨਾਨਾ ਸ਼ੇਕ, ਮਸਤ ਬੜਾ ਸਵਾਦ ਸੀ, ਬੜਾ ਸਵਾਦ ਬਣਿਆ ਸੀਗਾ। ਜੀਤ ਲਈ ਰੱਖਤਾ ਅਤੇ ਹੁਣ ਸਾਰੇ ਲੱਗੀਆਂ ਸੋਣ, ਬਹੁਤ ਤੇਜ਼ ਨੀਂਦ ਆਈ ਆ, ਬਹੁਤ ਤੇਜ਼। ਮੈਂ ਇੰਨੀ ਕੁ ਜ਼ਿਆਦਾ ਥੱਕ ਗਈ ਮੈਂ ਕੁਛ ਦੱਸ ਨਹੀਂ ਸਕਦੀ। ਮੈਂ ਤੇਲ ਤੂਲ ਲਾ ਲਿਆ, ਮੈਂ ਸਵੇਰੇ ਨਾ ਸਿਰ ਧੋਣਾ ਹੈ, ਕਿਉਂਕਿ ਅੱਜ ਵੀ ਨਹੀਂ ਸਿਰ ਧੋ ਪਾਈ ਸੀ, ਕੱਲ੍ਹ ਵੀ ਨਹੀਂ ਸਿਰ ਧੋ ਪਾਈ ਸੀ। ਅਤੇ ਤੁਹਾਨੂੰ ਇੱਕ ਚੀਜ਼ ਦਿਖਾਉਣਾ ਰਹਿ ਗਈ, ਮੈਂ ਤੁਹਾਨੂੰ ਦਿਖਾਉਂਦੀ ਹਾਂ ਇਹ ਵਾਲਾ ਜਿਹੜਾ ਗਿਫਟ ਹੈ ਨਾ, ਇਹ ਮਹਿੰਦਰਾ ਦਾ, ਇਹ ਸਾਨੂੰ 20-20 ਲੱਖ ਰੁਪਏ 'ਚ ਪਿਆ। ਦੱਸੋ ਕਿਉਂਕਿ ਆਪਾਂ ਗੱਡੀ ਲਿੱਤੀ ਸੀ, ਗੱਡੀ ਦੇ ਨਾਲ ਸਾਨੂੰ ਇਹ ਗਿਫਟ ਮਿਲਿਆ। ਇਹ 'ਚ ਕੀ ਹੈਗਾ ਮੈਂ ਤੁਹਾਨੂੰ ਦਿਖਾਉਂਦੀ ਹਾਂ, ਠੀਕ ਹੈ। ਗੰਦਾ ਹੋ ਗਿਆ ਪਿਆ ਪਿਆ, ਦਿਖਾਉਂਦੀ ਹਾਂ ਰੁਕ ਜਾਓ, ਮੈਂ ਤੁਹਾਨੂੰ ਦਿਖਾਉਣਾ ਰਹਿ ਗਿਆ ਸੀਗਾ, ਵਲੌਗ 'ਚ ਵੀ ਨਹੀਂ ਸੀ ਦਿਖਾਇਆ। ਮੈਂ ਕਿਹਾ ਚਲੋ ਤੁਹਾਨੂੰ ਦਿਖਾਈਏ, ਇਹ 'ਚ ਵੀ ਕੁਛ ਸੀਗਾ, ਪਤਾ ਨਹੀਂ ਕੀ ਸੀਗਾ। ਇਹ ਦੇਖੋ ਕੱਪ, 20-25 ਲੱਖ ਰੁਪਏ ਦਾ ਇੱਕ ਕੱਪ, ਇਹ 'ਚ ਪਤਾ ਨਹੀਂ ਕੀ ਸੀ, ਕੱਢ ਕੇ ਲੈ ਗਏ ਜੀਤ, ਕੱਢ ਕੇ ਲੈ ਗਏ ਉਹਨੇ, ਇਹ 'ਚ ਵੀ ਕੁਛ ਸੀਗਾ। ਜਦੋਂ ਆਪਾਂ ਅਰਟੀਕਾ ਲਿੱਤੀ ਸੀ ਨਾ, ਉਹਦੇ ਨਾਲ ਵੀ ਸਾਨੂੰ ਕੱਪ ਮਿਲਿਆ ਸੀਗਾ, ਉਹ ਥੱਲੇ ਔਫਿਸ 'ਚ ਪਿਆ ਹੋਇਆ। ਅਤੇ ਇਹਦੇ ਨਾਲ ਹੈ ਮਹਿੰਦਰਾ ਦਾ ਸਪੋਰਟ ਯੂਟੀਲਿਟੀ ਵਹੀਕਲਸ ਮਹਿੰਦਰਾ, ਇਹ 'ਚ ਸਾਨੂੰ ਮਹਿੰਦਰਾ ਦਾ ਕੱਪ ਮਿਲਿਆ। ਇਹਨੂੰ ਮੈਂ ਕੱਢ ਲੈਂਦੀ, ਇਹਨੂੰ ਆਪਾਂ ਆਪਣੇ ਉਹਦੇ 'ਚ ਰੱਖਾਂਗੇ, ਜਿਹੜਾ ਸਾਡਾ ਸ਼ੋਕੇਸ ਨਹੀਂ ਹੈਗਾ ਜਿੱਥੇ ਸਾਰੇ ਕੱਪ ਕੁੱਪ ਪਿਆ, ਬੋਟਲਾਂ ਬੁਟਲਾਂ ਪਈ, ਇਹਨੂੰ ਮੈਂ ਉੱਥੇ ਰੱਖੂੰਗੀ ਸਵੇਰੇ, ਠੀਕ ਹੈ। ਫਿਰ ਡੱਬਾ ਆਪਾਂ ਸੁੱਟ ਦੇਣਾ, ਡੱਬਾ ਸਾਡਾ ਕਿਸੇ ਕੰਮ ਦਾ ਨਹੀਂ ਹੈਗਾ, ਇਹ ਕੱਪ ਰੱਖਣਾ ਸੀ ਹੈ ਨਾ। ਪਤਾ ਨਹੀਂ ਕੰਪਨੀਜ਼ ਕੱਪ ਕਿਉਂ ਦਿੰਦੀਆਂ, ਮੈਨੂੰ ਇਹ ਗੱਲ ਨਹੀਂ ਸਮਝ ਆਉਂਦੀ, ਹਰ ਇੱਕ ਕੰਪਨੀ ਕੱਪ ਦਿੰਦੀ ਹੁਣ ਇਹਦੇ 'ਚ ਕੀ ਸੀ ਐਪ, ਜੀਤ ਹੀ ਦੱਸਣਗੇ, ਉਹੀ ਦੱਸ ਸਕਦੇ ਆ, ਮੈਨੂੰ ਨਹੀਂ ਪਤਾ ਇਹਦੇ 'ਚ ਕੀ ਸੀਗਾ, ਹਜੇ ਤੱਕ ਆਏ ਨਹੀਂ ਹੈ, ਆਉਣ ਵਾਲੇ ਰਸਤੇ 'ਚ ਹੈਗੇ ਆ। ਮੈਂ ਹੁਣੇ ਫੋਨ ਕੀਤਾ ਸੀ, ਅਤੇ ਅੱਜ ਕੱਲ੍ਹ ਥੋੜ੍ਹੀ ਜਿਹੀ ਡਾਇਟਿੰਗ 'ਚ ਚੱਲ ਰਿਹਾ, ਖਾਣਾ ਪੀਣਾ ਘਟਾਇਆ ਹੋਇਆ ਸੀ, ਮੈਂ ਕਿਹਾ ਪਤਾ ਨਹੀਂ ਬਨਾਨਾ ਸ਼ੇਕ ਪੀਣਗੇ ਕਿ ਨਹੀਂ ਪੀਣਗੇ, ਫਿਰ ਮੈਂ ਪੁੱਛਿਆ ਪੀਓਗੇ, ਕਹਿੰਦੇ ਮੈਂ ਪੀ ਲਵਾਂਗਾ, ਮੈਂ ਗਲਾਸ 'ਚ ਪਾ ਕੇ ਫਰਿੱਜ 'ਚ ਰੱਖ ਦਿੱਤਾ, ਠੀਕ ਹੈ। ਸੋ ਅੱਜ ਦਾ ਤੁਸੀਂ ਵਲੌਗ ਦੇਖਿਆ,
ਜ਼ਿਆਦਾ ਕੁਛ ਮੈਂ ਨਹੀਂ ਵਲੋਗ 'ਚ ਅੱਜ ਕਰ ਪਾਈ ਕਿਉਂਕਿ ਅੱਜ ਮੇਰਾ ਪੂਰਾ ਦਿਨ ਕੰਮ ਕਰਦੇ ਕਰਦੇ ਨਿਕਲਿਆ। ਮੈਂ ਬਹੁਤ ਜ਼ਿਆਦਾ ਥੱਕ ਗਈ ਹੋਈ ਹਾਂ ਕਿਉਂਕਿ ਮੰਮੀ ਠੀਕ ਨਹੀਂ ਹੈਗੇ, ਹੈ ਨਾ। ਮੰਮੀ ਨੂੰ ਮੈਂ ਕਿਹਾ ਤੁਸੀਂ ਟੋਟਲ ਰੈਸਟ ਕਰੋ, ਮੈਂ ਕਰ ਲੂੰਗੀ। ਮੰਮੀ ਮੈਨੂੰ ਕਹਿ ਰਹੀ ਸੀ ਕਿ ਦਵਾਈ ਖਾ ਲਾ, ਮੈਂ ਕਿਹਾ ਮੈਂ ਨਹੀਂ ਦਵਾਈ ਖਾਣੀ, ਕਿੰਨੀ ਕੁ ਦਵਾਈਆਂ 'ਤੇ ਚੱਲੀ ਜਾਈਏ, ਹੈ ਨਾ। ਅਤੇ ਅੱਜ ਮੈਂ ਕਿਚਨ ਦੇ ਬਹੁਤ ਸਾਰੇ ਕੰਮ ਨਿਬੇੜ ਲਿਆ ਅਤੇ ਬਾਕੀ ਅੱਜ ਆਪਾਂ ਦੇਵੀ ਤਲਾ ਮੰਦਿਰ ਗਏ ਸੀ ਪਹਿਲੀ ਵਾਰ। ਤੁਹਾਡੇ 'ਚੋਂ ਕੌਣ ਕੌਣ ਗਿਆ ਆ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ, ਜੇ ਪਹਿਲੇ ਕੋਈ ਗਿਆ ਆ ਅਤੇ ਜੇ ਕੋਈ ਨਹੀਂ ਗਿਆ ਤਾਂ ਵੀ ਮੈਨੂੰ ਦੱਸਿਓ। ਮੇਰਾ ਫਸਟ ਟਾਈਮ ਸੀਗਾ ਜਦੋਂ ਮਾਤਾ ਰਾਣੀ ਦੀ ਇੱਛਾ ਨਹੀਂ ਸੀ ਕਿ ਅੰਦਰ ਜਾ ਕੇ ਦਰਸ਼ਨ ਕਰ ਪਾਈਏ, ਮੰਦਰ ਬੰਦ ਸੀਗੇ, 2:15 ਵਜੇ ਤੋਂ ਬਾਅਦ ਖੁੱਲ੍ਹਦੇ ਆ, ਹੈ ਨਾ। ਇੱਕ ਚੀਜ਼ ਹੋਰ, ਸਾਨੂੰ ਨਾ ਸਬਸਕ੍ਰਾਈਬਰ ਵੀ ਮਿਲੇ ਸੀਗੇ ਦੇਵੀ ਤਲਾ ਮੰਦਿਰ, ਲੁਧਿਆਣੇ ਤੋਂ ਆਏ ਹੋਏ ਸੀਗੇ ਇੱਥੇ। ਅਤੇ ਉਹ ਆਂਟੀ ਕਹਿੰਦੇ ਮੇਰੇ ਪੇਕੇ ਇੱਥੇ ਹੈਗੇ ਆ, ਅਤੇ ਮੈਂ ਕਿਹਾ ਚਲੋ ਦੇਵੀ ਤਲਾ ਮੱਥਾ ਟੇਕਦੇ ਜੇ। ਕਹਿੰਦੇ ਤੁਹਾਨੂੰ ਮਿਲਣਾ ਸੀ ਤਾਂ ਸਬੱਬ ਨਾਲ, ਮੈਂ ਕਿਹਾ ਹਾਂਜੀ ਮੈਂ ਵੀ ਪਹਿਲੀ ਵਾਰੀ ਆਈ ਹਾਂ ਅੱਜ, ਹੈ ਨਾ। ਅਤੇ ਸਬਸਕ੍ਰਾਈਬਰ ਮਿਲ ਗਏ ਸੀਗੇ ਸਾਨੂੰ, ਬਹੁਤ ਵਧੀਆ ਲੱਗਾ, ਹੈ ਨਾ। ਜਦੋਂ ਲੋਕ ਜਾਣਦੇ ਆ ਨਾ ਤੁਹਾਨੂੰ, ਕੋਈ ਰੁਕ ਕੇ ਤੁਹਾਨੂੰ ਕਹਿੰਦਾ, ਉਹਨਾਂ ਨੇ ਅਰਨਾਜ਼ ਪਹਿਲੇ ਬੋਲਿਆ ਅਤੇ ਮੈਂ ਕਿਹਾ ਅਰਨਾਜ਼ ਨੂੰ ਕੌਣ ਬੁਲਾ ਰਿਹਾ, ਫਿਰ ਉਹ ਮੈਨੂੰ ਮਿਲੇ, ਫਿਰ ਉਹ ਅਰਨਾਜ਼ ਨੂੰ ਮਿਲੇ, ਹੈ ਨਾ। ਅਤੇ ਬਹੁਤ ਵਧੀਆ ਲੱਗਦਾ ਕਿ ਤੁਹਾਨੂੰ ਕੋਈ ਦੇਖਦਾ ਹੈ, ਹੈ ਨਾ। ਫਿਰ ਤੁਹਾਨੂੰ ਪਛਾਣ ਲੈਂਦਾ, ਤੁਹਾਨੂੰ ਬੁਲਾਉਂਦਾ, ਤੁਹਾਡੇ ਨਾਲ ਇੰਨਾ ਗੱਲਾਂ ਬਾਤਾਂ ਕਰਦਾ, ਤੁਹਾਨੂੰ ਇੰਨਾ ਪਿਆਰ ਦਿੰਦਾ, ਬਹੁਤ ਵਧੀਆ ਲੱਗਦਾ। ਆਂਟੀ ਜੀ ਤੁਸੀਂ ਵਲੋਗ ਦੇਖ ਰਹੇ ਹੋ, ਥੈਂਕ ਯੂ ਸੋ ਮੱਚ, ਮੈਨੂੰ ਤੁਹਾਡੇ ਨਾਲ ਮਿਲ ਕੇ ਬਹੁਤ ਵਧੀਆ ਲੱਗਾ ਸੀਗਾ। ਅਤੇ ਬਹੁਤ ਕਿਊਟ ਜਿਹੇ ਸੀਗੇ ਆਂਟੀ, ਅੱਛੇ ਸੀਗੇ। ਅਤੇ ਵਾਹਿਗੁਰੂ ਮੇਰਾ ਕਰੇ ਤੁਹਾਡੇ 'ਤੇ, ਖੁਸ਼ ਰਹੋ, ਹੈ ਨਾ। ਅਤੇ ਵਧੀਆ ਲੱਗਦਾ ਜਦੋਂ ਤੁਹਾਨੂੰ ਕਿੱਦਾਂ ਮਿਲਦਾ ਨਾ, ਬਹੁਤ ਅੱਛਾ ਲੱਗਦਾ। ਸੋ ਜਿਹੜਾ ਮੈਂ ਚੈਨਲ ਦਾ ਲਿੰਕ ਨਿਊ ਡਿਸਕ੍ਰਿਪਸ਼ਨ 'ਚ ਦਿੱਤਾ ਹੋਇਆ, ਤੁਸੀਂ ਸਾਰੇ ਜਾ ਕੇ ਪਲੀਜ਼ ਉਹਨਾਂ ਨੂੰ ਵੀ ਫੋਲੋ ਕਰਿਓ, ਉਹਦੇ ਉਹਨਾਂ ਦੇ ਵਲੋਗ ਦੇਖਿਓ। ਹੁਣ ਪਾਣੇ ਸਟਾਰਟ ਕਰੂਗੇ, ਹੈ ਨਾ, ਹੌਲੀ ਹੌਲੀ। ਅਤੇ ਇੱਦਾਂ ਹੀ ਹੌਲੀ 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 ਰੂਟੀਨ ਬਣਦੀ ਹੈ, ਤੁਹਾਨੂੰ ਆਡੀਅੰਸ ਵੱਧਦੀ ਹੈ, ਸਬਸਕ੍ਰਾਈਬਰ ਵੱਧਦੇ ਆ, ਲੋਕਾਂ ਨੂੰ ਦੇਖਣਾ ਪਸੰਦ ਕਰਦੇ, ਹੈ ਨਾ। ਸੋ ਢੇਰ ਸਾਰਾ ਸਪੋਰਟ ਕਰੋ। ਛੋਟਾ ਜਿਹਾ ਬੱਚਾ ਹੈ, ਉਹਨੂੰ ਬਹੁਤ ਜ਼ਿਆਦਾ ਸ਼ੌਕ ਹੈਗਾ ਆ, ਸੋ ਓਬਵੀਅਸਲੀ ਆਪਾਂ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ, ਮੋਟੀਵੇਟ ਕਰਨਾ ਚਾਹੀਦਾ, ਹੈ ਨਾ। ਸੋ ਸਾਰੇ ਜਣੇ ਸਬਸਕ੍ਰਾਈਬ ਜ਼ਰੂਰ ਕਰਿਓ, ਅਤੇ ਬਾਕੀ ਵਲੋਗ ਕਿੱਦਾਂ ਲੱਗਾ ਕਮੈਂਟ ਕਰਕੇ ਜਾਇਓ, ਠੀਕ ਹੈ। ਚੈਨਲ ਸਬਸਕ੍ਰਾਈਬ ਕਰਕੇ ਜਾਇਓ, ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜਾਇਓ, ਇੰਸਟਾਗ੍ਰਾਮ 'ਤੇ ਫੋਲੋ ਕਰ ਲਿਓ ਜਿਨ੍ਹਾਂ ਨੇ ਨਹੀਂ ਕੀਤਾ। ਸੋ ਆਪਾਂ ਤੁਹਾਨੂੰ ਮਿਲਦੇ ਹਾਂ ਕੱਲ੍ਹ ਇੱਕ ਹੋਰ ਵਧੀਆ ਜਿਹੇ ਵਲੋਗ ਦੇ ਨਾਲ।